ਪਿਛਲਾ ਸ਼ੀਸ਼ਾ ਤੋੜਿਆ ਸਾਡਾ ਗੱਡੀ ਦਾ ਮੋਹਰਲਾ ਸ਼ੀਸ਼ਾ ਤੋੜਿਆ ਜਿਨ੍ਹਾਂ ਨੇ ਸਿੱਖਾਂ ਨੂੰ ਕੋ ਕੋ ਕੇ ਮਾਰਿਆ ਉਹਨਾਂ ਤੇ ਕੋਈ ਨਹੀਂ ਬੋਲੇ ਉਹਨਾਂ ਦਾ ਕਿਸੇ ਨੇ ਜਾ ਕੇ ਘਰਾ ਨਹੀਂ ਕੀਤਾ ਕਿ ਜੇ ਆਪਾਂ ਇਦਾਂ ਇੱਥੇ ਆਇਆਂ ਨੂੰ ਸਾਰਿਆਂ ਨੂੰ ਫਿਰ ਜਲੀਲੇ ਕਰਨਾ ਆ ਤੇ ਫਿਰ ਸਮਰਥਨ ਜਿਹੜਾ ਆ ਉਹ ਕਾਹਦਾ ਬੰਦਾ ਕਰੂਗਾ ਤੇ ਕੀ ਸਮਰਥਨ ਕਰੂਗਾ ਕਿ ਆ ਜਿੰਨੇ ਬੈਠੇ ਆ ਇੱਥੇ ਇਨਕਲੂਡਿੰਗ ਮਾਈਸੈਲਫ ਇਹ ਅਸੀਂ ਸੰਘਾਰਸ਼ਾਂ ਚੋਂ ਨਿਕਲ ਕੇ ਆਏ ਆ ਇਹ ਤਾਂ ਅਜ ਲਹੂ ਉਂਗੜ ਨੂੰ ਲਾਉਂਦੇ ਹੋਣਗੇ ਅਸੀਂ ਤਾਂ ਉਹਨਾਂ ਦਿਨਾਂ ਚੋਂ ਨਿਕਲ ਕੇ ਆਏ ਆ ਜਦੋਂ ਪਤਾ ਨਹੀਂ ਸੀ ਹੁੰਦਾ ਬਿਹਕਾਰ ਬਾਪਸ ਮੁੜਨਾ ਕਿ ਨਹੀਂ ਮੁੜਨਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਮੈਂ ਸਮਝਦਾ ਅੱਜ ਦਾ ਇਹ ਮਦਭਾਂਗਾ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਦੋਂ ਵੀ ਸੇਖ ਮੁੱਦਿਆਂ ਤੇ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਰਚਾ ਕੋਈ ਨਾ ਕੋਈ ਰੀਲਿਕ ਦੀ ਆ ਪ੍ਰੋਗਰਾਮ ਰੀਲਿਕ ਦੀ ਆ ਉਹਨੂੰ ਤਾਰ ਪੀਡੋ ਕਰਨ ਦਾ ਬਹੁਤ ਵੱਡਾ ਯਤਨ ਕੀਤਾ ਜਾਂਦਾ ਉਸੇ ਤਾਰ ਪੀਡੋ ਦਾ ਅੱਜ ਹਿੱਸਾ ਆ ਮੈਂ ਤੁਹਾਡੇ ਧਿਆਨ ਚ ਲਿਆਉਣਾ ਚਾਹਨਾ ਕਿ ਜਿਸ ਦਿਨ ਇਹ ਕੌਮੀ ਮੋਰਚਾ ਇਹਨਾਂ ਨੇ ਸ਼ੁਰੂ ਕਰਨਾ ਸੀ ਤੇ ਮੇਰੇ ਕੋਲ ਸਰਦਾਰ ਪਾਲ ਸਿੰਘ ਫਰਾਸ ਫਰਾਂਸ ਨਾਲ ਸ ਪੰਜ ਪਿਆਰਿਆਂ ਚੋਂ ਸਤਨਾਮ ਸਿੰਘ ਜੀ ਖੰਡਾ ਭਾਈ ਸਾਹਿਬ ਭਾਈ ਮੇਜਰ ਸਿੰਘ ਜੀ ਨਾਲ ਸਰਦਾਰ ਗੁਰਸੇਵਕ ਸਿੰਘ ਜੀ ਧੂਲਕੋਟ ਇਹ ਮੇਰੇ ਕੋਲ ਘਰ ਗਏ ਕਿ ਅਸੀਂ ਪਹਿਲਾਂ ਤਾਂ ਹਵਾਰਾ ਸਾਹਿਬ ਵੱਲੋਂ ਫਤਿਹ ਬੁਲਾਉਣੇ ਤੁਹਾਨੂੰ ਤੇ ਦੂਸਰਾ ਪ੍ਰਧਾਨ ਜੀ ਅਸੀਂ ਉੱਥੇ 7 ਤਰੀਕ ਤੋਂ ਇਹ ਮੋਰਚਾ ਸ਼ੁਰੂ ਕਰ ਰਹੇ ਸਾਡਾ ਸਾਥ ਦਿਓ ਮੈਂ ਇਹਨਾਂ ਨੂੰ ਯਕੀਨ ਵੀ ਦਵਾਇਆ ਕਿ ਮੁੱਦਾ ਬੰਦੀ ਸਿੰਘਾਂ ਦੀ ਰਿਹਾਈ ਦਾ ਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 2114 ਤੋਂ ਲਗਾਤਾਰ ਆਪਣੇ ਜਿਹੜੇ ਆ ਉਹ ਯਤਨ ਕਰ ਰਹੀ ਆ ਤੇ ਇਹਨਾਂ ਨਾਲ ਬੈਠ ਕੇ ਉੱਥੇ ਸਾਰਾ مشਵਰਾ ਹੋਇਆ ਇੱਕ ਦੋ ਸੱਜਣ ਹੋਰ ਵੀ ਨਾਲ ਸੀਗੇ ਜਿਨ੍ਹਾਂ ਨੇ ਨਾਲ ਲੈ ਕੇ ਮੇਰੇ ਕੋਲ ਇਹ ਆਏ ਤੇ ਉਸੇ ਕੜੀ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਤੌਰ ਤੇ ਪਹਿਲਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਇਹ ਜਿਹੜਾ ਅਸੀਂ 10ਕਤੀ ਮਹਿਮ ਸ਼ੁਰੂ ਕੀਤੀ ਸੀ ਉਸ ਮਹਿਮ ਨੂੰ ਕੱਲ ਪਰਸੋਂ ਤੋਂ ਅਸੀਂ ਹੋਰ ਤੇਜ਼ ਕੀਤਾ ਅੱਜ ਅਸੀਂ ਫਿਰ ਇਹਨਾਂ ਦੇ ਸੱਦੇ ਦੇ ਉੱਤੇ ਮੇਰੇ ਨਾਲ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਜੀ ਲੋਂਗੋਵਾਲ ਸਾਬਕਾ ਸੀਨੀਅਰ ਮੀਤ ਪ੍ਰਧਾਨ ਮਹਿਤਾ ਸਾਹਿਬ ਸਾਬਕਾ ਜਨਰਲ ਸਕੱਤਰ ਸਾਡੇ ਚਾਵਲਾ ਸਾਹਿਬ ਤੇ ਬਹੁਤ ਸਾਰੇ ਸਾਡੇ ਐਗਜ਼ੈਕਟਿਵ ਦੇ ਮੈਂਬਰ ਸਾਹਿਬਾਨ ਤੇ ਦੂਸਰੇ ਮੈਂਬਰ ਸਾਹਿਬਾਨ ਅਸੀਂ ਇਕੱਠੇ ਹੋ ਕੇ ਸਾਰਿਆਂ ਨੇ ਏ ਅੱਜ ਪ੍ਰੋਗਰਾਮ ਲਿਕੇ ਆ ਭਈ ਕਿਉਂਕਿ ਉਹ ਕਹਿਣ ਆਏ ਸੀ ਤੇ ਅਸੀਂ ਜਾ ਕੇ ਮੁੱਦਾ ਸਿੱਖ ਬੰਦੀਆਂ ਦਾ ਆ ਤੇ ਆਪਾਂ ਜਾ ਕੇ ਉਹਨਾਂ ਬੈ ਸ਼ੰਬੂਲੀਅਤ ਕਰੀਏ ਅਸੀਂ ਭੱਟਾ ਸਾਹਿਬ ਤੋਂ ਇਕੱਠੇ ਹੋ ਕੇ ਸਾਰੇ ਇੱਥੇ ਪੰਡਾਲ ਦੇ ਵਿੱਚ ਆ ਗਏ ਪੰਡਾਲ ਦੇ ਵਿੱਚ ਬੜੇ ਚੰਗੇ ਢੰਗ ਦੇ ਨਾਲ ਇਹਨਾਂ ਨੇ ਉਹਦੇ ਵਿੱਚ ਜੀ ਆਇਆਂ ਵੀ ਕਿਹਾ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਤੇ ਪ੍ਰਧਾਨ ਨੂੰ ਵੀ ਨਾਲ ਇੱਕ ਦੋ ਚਾਰ ਜਿਹੜੀਆਂ ਗੱਲਾਂ ਕਿਉਂਕਿ ਲੈਕਚਰ ਬਾਜੀ ਸਾਰੀਆਂ ਚਲਦੀਆਂ ਆ ਉਹ ਹੋਈਆਂ ਵੀ ਉੱਥੇ ਉਹ ਤੋਂ ਬਾਅਦ ਮੈਂ ਵੀ ਮੇ ਤੋਂ ਪਹਿਲਾਂ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਖੰਡਾ ਪੰਜ ਪਿਆਰਿਆਂ ਦੇ ਰੂਪ ਚ ਬੋਲੇ ਜਿਨ੍ਹਾਂ ਨੇ ਆਪਣੇ ਬੋਲਾਂ ਚ ਭੇ ਕਿਉਂਕਿ ਸਾਰੀ ਕੌਮ ਇਸ ਗੱਲ ਨੂੰ ਸਮਰਥਨ ਦੇਵੇ ਉਹ ਤੋਂ ਬਾਅਦ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਪਿਤਾ ਜੀ ਬੋਲੇ ਉਹਨਾਂ ਨੇ ਵੀ ਆਪਣੇ ਕਿਹਾ ਭਈ ਇਹ ਬੰਦੀਆਂ ਦੇ ਸਿੱਖ ਬੰਦੀਆਂ ਵਾਲੇ ਸਾਰੇ ਜਿਹੜੇ ਆ ਉਹ ਸਾਡਾ ਸਹਿਯੋਗ ਦਿਓ ਉਹ ਤੋਂ ਬਾਅਦ ਫਿਰ ਮੈਂ ਬੋਲਿਆ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਧੰਨਵਾਦ ਵੀ ਸ਼ੋਮਣੀ ਕਮੇਟੀ ਦੇ ਪ੍ਰਧਾਨ ਤੇ ਨਾਲ ਮੈਂਬਰਾਂ ਦਾ ਕਰਦੇ ਆ ਜਿਹੜੇ ਅਚੇਚੇ ਤੌਰ ਤੇ ਪਹੁੰਚੇ ਆ ਉਹ ਤੋਂ ਬਾਅਦ ਮੈਂ ਵੀ ਆਪਣੇ ਵਿਚਾਰ ਰੱਖੇ ਚੰਗੇ ਢੰਗ ਨਾਲ ਸਾਰੇ ਉਥੇ ਵਿਚਾਰ ਹੋ ਗਏ ਬਾਜ਼ਾਰ ਹੋਣ ਤੋਂ ਬਾਅਦ ਮੈਂ ਇਹ ਵੀ ਗੱਲ ਕਹੀ ਸੀ ਕਿ ਅਸੀਂ ਤੁਹਾਡੇ ਇਸ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਮੁੱਦਿਆਂ ਤੇ ਤੇ ਇਹਨਾਂ ਖਾਸ ਕਰਕੇ ਸਿੱਖ ਸਾਡੇ ਨੌਜਵਾਨ ਜਿਹੜੇ ਸਿੱਖਾਂ ਅੰਦਰ ਬੈਠੇ ਆ ਉਹਨਾਂ ਦਾ ਅਸੀਂ ਸਮਰਥਨ ਵੀ ਕਰਦੇ ਆ ਤੇ ਸਾਡੇ ਗੁਚਰੇ ਵੀ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੁਕਮ ਤੁਸੀਂ ਲਾਉਂਗੇ ਅਸੀਂ ਤੁਹਾਡਾ ਸਹਿਯੋਗ ਕਰਾਂਗੇ ਉਹ ਤੋਂ ਬਾਅਦ ਇੱਕ ਉੱਥੇ ਹੋਰ ਸੱਜਣ ਬੋਲੇ ਜਿਉਂ ਹੀ ਅਸੀਂ ਪੰਡਾਲ ਦੇ ਵਿੱਚੋਂ ਨਿਕਲੇ ਉੱਥੇ ਬਾਹਰ ਤੇ ਮੈਨੂੰ মিডিਆ ਵਾਲੇ ਵੀ ਕੁਛ ਹੋਊਗੇ ਕੁਛ ਸੱਜਣ ਉਹਨਾਂ ਚ ਹੋਣਗੇ ਉਹਨੇ ਸਵਾਲ ਕੀਤੇ ਮੈਂ ਕਿਹਾ ਮੈਂ ਜਿਹੜੇ ਸਵਾਲ ਅੰਦਰ ਬੋਲਨੇ ਸੀ ਬੋਲ ਦਿੱਤੇ ਆ ਮੀਨ ਵਾਈਲੇ ਮੈਂ ਜਹਲੇ ਗੱਡੀ ਚ ਬੈਠਣ ਲੱਗਾ ਤੇ ਉੱਥੇ ਬਹੁਤ ਸਾਰੇ ਇਕੱਠੇ ਹੋ ਕੇ ਆ ਗਏ ਔਰ ਇਕੱਠੇ ਹੋ ਕੇ ਉੱਥੇ ਹੁੱਲੜਬਾਜੀ ਬਹੁਤ ਵੱਡੀ ਕੀਤੀ ਔਰ ਹੁੱਲੜਬਾਜੀ ਨੇ ਕੀਤੀ ਇੱਕ ਗੱਡੀ ਦੇ ਮੋਹਰੇ ਲੰਬਾ ਵੀ ਪੈ ਗਿਆ ਆ ਕੇ ਮੈਂ ਕਿਉਂਕਿ ਗੱਡੀ ਦੇ ਵਿੱਚ ਸੀ ਪਿਛਲਾ ਸ਼ੀਸ਼ਾ ਤੋੜਿਆ ਸਾਡਾ ਗੱਡੀ ਦਾ ਮੋਹਰਲਾ ਸ਼ੀਸ਼ਾ ਤੋੜਿਆ ਤੇ ਮੈਂ ਸਮਝਦਾ ਭਈ ਇਹ ਅੱਜ ਜਿਹੜੇ ਮੁੱਦੇ ਅਸੀਂ ਸਿੱਖ ਕੌਮ ਦੇ ਅਹਿਮ ਮੁੱਦੇ ਆ ਜਿਹਲੇ ਉਹਨਾਂ ਤੇ ਗੱਲ ਕਰਦੇ ਆ ਉਹਨਾਂ ਤੇ ਕਿਉਂ ਕਿੰਤੂ ਪ੍ਰੰਤੂ ਕੀਤਾ ਜਾਂਦਾ ਏਦਾਂ ਇੱਥੇ ਮੈਂ ਕੋਈ ਕਿਸੇ ਤੇ ਕਹਿਣਾ ਨਹੀਂ ਚਾਹੁੰਦਾ ਆ ਯਾਤਰਾ 6-7 ਦਿਨ ਲਗਾਤਾਰ ਨਿਕਲੀ ਆ ਜਿਨ੍ਹਾਂ ਨੇ ਸਿੱਖਾਂ ਨੂੰ ਕੋਹ ਕੋਹ ਕੇ ਮਾਰਿਆ ਉਹਨਾਂ ਤੇ ਕੋਈ ਨਹੀਂ ਬੋਲੇ ਉਹਨਾਂ ਦਾ ਕਿਸੇ ਨੇ ਜਾ ਕੇ ਘਰਾ ਨਹੀਂ ਕੀਤਾ ਤੇ ਜੇ ਇੱਥੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਯਤਨਸ਼ੀਲ ਹੁੰਦੀ ਕਿਸੇ ਮੁੱਦੇ ਲਈ ਤੇ ਫੇਰ ਇਹ ਆ ਅੱਜ ਜੋ ਇਹਨਾਂ ਨੇ ਕੀਤਾ ਮੈਂ ਸਮਝਦਾ ਬਹੁਤ ਵੱਡਾ ਇਹ ਇੱਕ ਸਾਨੂੰ ਚਣੌਤੀ ਆ ਔਰ ਇਹਦੀ ਵੱਡੀ ਜ਼ਿੰਮੇਵਾਰੀ ਪ੍ਰਬੰਧਕਾਂ ਦੀ ਬਣਦੀ ਆ ਕਿ ਇੱਕ ਪਾਸੇ ਆਪਾਂ ਸਮਰਥਨ ਮੰਗਦੇ ਆ ਸਾਰਿਆਂ ਨੂੰ ਸਾਥ ਦੇ ਆ ਤੇ ਮੈਨੂੰ ਵੀ ਆਪ ਕਹਿ ਕੇ ਘਰ ਆਏ ਤੇ ਉਹਨਾਂ ਦੇ ਕਹਿਣ ਤੇ ਮੈਂ ਵੀ ਇੱਥੇ ਆਇਆ ਤੇ ਫਿਰ ਆਪਾਂ ਜੇ ਇਦਾਂ ਕਰ ਕਰਕੇ ਇੱਕ ਇੱਕ ਆਗੂ ਨੂੰ ਜਿਹੜਾ ਆਉਂਦਾ ਉਹਨੂੰ ਆਪਾਂ ਫੇਰ ਚਣੌਤੀਆਂ ਦੇਾਂਗੇ ਵੀ ਸਮਰਥਨ ਤੇ ਕੌਣ ਆਊਗਾ ਤੇ ਦੂਸਰੀ ਇਹਨਾਂ ਦੀ ਇਹ ਵੀ ਜ਼ਿੰਮੇਵਾਰੀ ਬਣਦੀ ਆ ਕਿ ਜੇ ਆਪਾਂ ਇਦਾਂ ਇੱਥੇ ਆਇਆਂ ਨੂੰ ਸਾਰਿਆਂ ਨੂੰ ਫਿਰ ਜਲੀਲੇ ਕਰਨਾ ਆ ਤੇ ਫਿਰ ਸਮਰਥਨ ਜਿਹੜਾ ਆ ਉਹ ਕਾਹਦਾ ਬੰਦਾ ਕਰੂਗਾ ਤੇ ਕੀ ਸਮਰਥਨ ਕਰੂਗਾ ਦੂਸਰਾ ਮੈਨੂੰ ਇੱਕ ਵੱਡਾ ਇਹ ਵੀ ਆ ਕਿ ਜਿਹੜੀ ਪੰਜਾਬ ਸਰਕਾਰ ਆ ਇਹ ਨਪੌਨਸਕ ਹੋ ਚੁੱਕੀ ਆ ਇਹ ਮੈਂ ਸਮਝਦਾ ਇਹਨਾਂ ਗੱਲਾਂ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾ ਰਹੀ ਆ ਜੇ ਪੰਜਾਬ ਹਰਿਆਣਾ ਦੇ ਬਾਡਰ ਪੰਜਾਬ ਚੰਡੀਗੜ੍ਹ ਦੇ ਬਾਡਰ ਦੇ ਉੱਤੇ ਇਹ ਮੋਰਚਾ ਲੱਗਾ ਤੇ ਪੁਲਿਸ ਦੀ ਵੀ ਕੋਈ ਜ਼ਿੰਮੇਵਾਰੀ ਬਣਦੀ ਆ ਤੇ ਪ੍ਰਸ਼ਾਸਨ ਦੀ ਵੀ ਕੋਈ ਜ਼ਿੰਮੇਵਾਰੀ ਬਣਦੀ ਆ ਕਿ ਮੂਡ ਦਸ਼ਕ ਬਣ ਕੇ ਦੇਖੀ ਜਾਣਾ ਜੇ ਉੱਥੇ ਕੋਈ ਵਾਇਲੈਂਟ ਮੂਵਮੈਂਟ ਹੁੰਦੀ ਆ ਤੇ ਉਹਦਾ ਰੋਕਥਾਮ ਕਿੰਨ ਕਰਨੀ ਆ ਮੈਂ ਸਮਝਦਾ ਬਹੁਤ ਵੱਡੀ ਇਹ ਸਰਕਾਰ ਦੀ ਫੇਲਿਅਰ ਆ ਇਹ ਸਰਕਾਰ ਦੀ ਫੇਲਿਅਰ ਦੇ ਨਾਲ ਨਾਲ ਸਾਜ਼ਿਸ਼ ਵੀ ਆ ਸਾਜ਼ਿਸ਼ ਇਸ ਕਰਕੇ ਮੈਂ ਕਹਿੰਦਾ ਕਿ ਸਿੱਖਾਂ ਨੂੰ ਸਿੱਖਾਂ ਦੇ ਵਿੱਚ ਲੜਾਉਣ ਦਾ ਜਿਹੜਾ ਆ ਉਹ ਯਤਨ ਕੀਤਾ ਜਾ ਰਿਹਾ ਔਰ ਖਾਸ ਕਰਕੇ ਜिले ਸਿੱਖ ਬੰਦੀਆਂ ਦੀ ਗੱਲ ਆਉਂਦੀ ਆ ਉਹ ਇਕੱਠੇ ਜਲੇ ਵੀ ਹੋਣ ਦਾ ਮਸਲਾ ਚੱਲਦਾ ਉਸ ਵੇਲੇ ਇਹਨੂੰ ਖੇਂਡੂ ਖੇਰੂ ਕਰਨ ਦਾ ਕੋਝਾ ਯਤਨ ਕੀਤਾ ਜਾਂਦਾ ਮੈਂ ਇੱਕ ਹੋਰ ਬੇਨਤੀ ਵੀ ਕਰਨੀ ਚਾਹਨਾ ਕਿ ਅਸੀਂ ਇਹਨਾਂ ਗੱਲਾਂ ਤੋਂ ਡਰਨ ਵਾਲੇ ਨਹੀਂ ਡਰਨ ਵਾਲੇ ਇਹਦਾ ਸੈਂਸ ਕਿ ਅਸੀਂ ਸਿੱਖ ਮੁੱਦਿਆਂ ਤੇ ਪਹਿਲਾਂ ਵੀ ਬੜਾ ਪਹਿਰਾ ਦਿੱਤਾ ਤੇ ਅੱਜ ਵੀ ਅਸੀਂ ਪਹਿਰਾ ਅੱਗੇ ਨਾਲੋਂ ਤਕੜੇ ਹੋ ਕੇ ਦੇਾਂਗੇ ਕਿਉਂਕਿ ਮੈਂ ਇੱਕ ਪ੍ਰਬੰਧਕ ਕਰਦਾ ਜਿਹੜੇ ਮੋਰਚੇ ਵਾਲੇ ਉਹਨਾਂ ਨੂੰ ਵੀ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਤੁਸੀਂ ਜੇ ਆਗੂਆਂ ਤੋਂ ਕੌਮ ਤੋਂ ਆਸ ਰੱਖਦੇ ਆ ਤੇ ਕੌਮ ਦੇ ਜਿਹੜੇ ਉੱਥੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨਹੀਂ ਮਾਲਕ ਮੈਂਬਰ ਦੇ ਤੌਰ ਤੇ ਮੈਂ ਤੇ ਪ੍ਰਧਾਨ ਦੇ ਤੌਰ ਤੇ ਫਿਰ ਮੇਰੀ ਜ਼ਿੰਮੇਵਾਰੀ ਵੀ ਬਣਦੀ ਤੇ ਉਹਨਾਂ ਦੀ ਵੀ ਜ਼ਿੰਮੇਵਾਰੀ ਬਣਦੀ ਆ ਕਿ ਜੇ ਮੈਂ ਅੱਜ ਉੱਥੇ ਸਮਰਥਨ ਦੇਣ ਆਇਆ ਇਸ ਕੌਮੀ ਮੁੱਦੇ ਦੇ ਉੱਤੇ ਤੇ ਉਹ ਵੀ ਆਪਣੇ ਉਹਨਾਂ ਆਗੂਆਂ ਦਾ ਸਤਿਕਾਰ ਕਰਨ ਉਹਨਾਂ ਆਗੂਆਂ ਦੇ ਨਾਲ ਖੜੇ ਹੋਣ ਤੇ ਜੇ ਆਪਾਂ ਇਦਾਂ ਹੀ ਇੱਕ ਇੱਕ ਕਰਕੇ ਇੱਕ ਇੱਕ ਕਰਕੇ ਛਾਂਗਦੇ ਰਹੇ ਤੇ ਫੇਰ ਮੈਂ ਸਮਝਦਾ ਜਿਹੜੀਆਂ ਪੰਥਕ ਵਿਰੋਧੀ ਸ਼ਕਤੀਆਂ ਜਿਹੜੀਆਂ ਇਹ ਨਹੀਂ ਚਾਹੁੰਦੀਆਂ ਕਿ ਸਿੱਖ ਸ਼ਕਤੀ ਇੱਕ ਤਾਂ ਕੱਟੀ ਹੋਵੇ ਉਹ ਸ਼ਕਤੀ ਨੂੰ ਛੱਟ ਬੱਜੂਗੀ ਮੈਂ ਇਹ ਵੀ ਕਹਿਣਾ ਚਾਹੁੰਦਾ ਅਸੀਂ 31 ਜਨਵਰੀ ਤੱਕ ਜਿਹੜੀ ਸਾਡੀ 10ਕਤੀ ਮਹਿੰਮਾ ਅਸੀਂ ਉਹਨੂੰ ਹੋਰ ਤੇਜ਼ ਹੁਣ ਕਰਾਂਗੇ ਜੰਗੀ ਪੱਧਰ ਤੇ ਤੇ ਫਰਵਰੀ ਦੇ ਫਸਟ ਜਾਂ ਸੈਕੰਡ ਵੀਕ ਦੇ ਵਿੱਚ ਸ਼ੋਵਨੀ ਗੁਰਦਰਾ ਪ੍ਰਬੰਧਕ ਕਮੇਟੀ ਦੇ ਸਮੂੱਚੇ ਮੈਂਬਰ ਸਹਿਬਾਨ ਇਕੱਠੇ ਹੋ ਕੇ ਇੱਥੇ ਪੰਜਾਬ ਦੇ ਗਵਰਨਰ ਨੂੰ ਉਹ ਸਾਡਾ ਮੈਮੋਰੰਡਮ ਪ੍ਰੈਜ਼ੀਡੈਂਟ ਨੂੰ ਹੋਊਗਾ ਸਾਰੇ ਜਿੰਨੇ ਵੀ ਦਾਸਕਤ ਹੋਣਗੇ ਉਹ ਸਾਰੇ ਦਾਸਕਤ ਲੱਖਾਂ ਦੀ ਗਿਣਤੀ ਦੇ ਵਿੱਚ ਉਹ ਸਾਰੇ ਇਹਨਾਂ ਦੇ ਸਪੁਰਦ ਕਰਾਂਗੇ ਤਾਂ ਕਿ ਕੌਮੀ ਮੁੱਦਾ ਜਿਹੜਾ ਆ ਉਹ ਕੌਮੀ ਮੁੱਦੇ ਦੇ ਵਿੱਚ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨਾ ਕਦੇ ਪਿੱਛੇ ਹਟਿਆ ਤੇ ਨਾ ਹਟੂਗੀ ਤੇ ਮੈਨੂੰ ਇਹ ਵੀ ਇੱਕ ਖੁਸ਼ੀ ਆ ਕਿ 10 ਲੱਖ ਤੋਂ ਉੱਤੇ ਦਾਸਕਤ ਜਿਹੜੇ ਲੋਕ ਕਰਕੇ ਫਾਰਮਾਂ ਨੂੰ ਆਨਲਾਈਨ ਵੀ ਤੇ ਦਾਸਕਤ ਵੀ ਕਰਕੇ ਦੇ ਚੁੱਕੇ ਆ ਸੋ ਮੈਂ ਸਮਝਦਾ ਇੱਥੇ ਪ੍ਰਸ਼ਾਸਨ ਦੀ ਬਹੁਤ ਵੱਡੀ ਫੇਲੀਅਰ ਆ ਪ੍ਰਸ਼ਾਸਨ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਪਰ ਉਹਨਾਂ ਨੂੰ ਪਤਾ ਪਏ ਕਿਉਂਕਿ ਸਿੱਖ ਬੈਠੇ ਆ ਆਪੋ ਵਿੱਚ ਹੀ ਆਪਣੇ ਲੜਨਗੇ ਤਾਂ ਉਹ ਸ਼ਕਤੀਆਂ ਜਿਹੜੀਆਂ ਸਿੱਖ ਪੰਥ ਦੇ ਵਿਰੋਧੀ ਆ ਉਹਨਾਂ ਨੂੰ ਫੇ ਸਮਾਂ ਮਿਲ ਜਾਂਦਾ ਇਹਦੇ ਵਿੱਚ ਕੁਸ ਭੈੜ ਕਰਨ ਦਾ ਉਹਦੇ ਨਾਲ ਦੀ ਨਾਲ ਜਿਹੜੇ ਪ੍ਰਬੰਧਕ ਕਰਤਾ ਉੱਥੇ ਦੇ ਆ ਉਹਨਾਂ ਨੂੰ ਵੀ ਮੈਂ ਨਿਮਰਤਾ ਸਹਿਤ ਬੇਨਤੀ ਕਰੂੰਗਾ ਕਿ ਆਪਾਂ ਜੇ ਇਦਾਂ ਹੀ ਇੱਕ ਇੱਕ ਕਰਕੇ ਇੱਕ ਇੱਕ ਕਰਕੇ ਜਿਹੜਾ ਵੀ ਕੋਈ ਉੱਥੇ ਆਉਂਦਾ ਉਹਨਾਂ ਦੀਆਂ ਪੱਗਾਂ ਦਿਵਾਲੇ ਹੋਵਾਂਗੇ ਸ਼ੀਸ਼ੇ ਭੰਨਾਂਗੇ ਗੱਡੀਆਂ ਦੇ ਤੇ ਫਿਰ ਮੋਰਚੇ ਨੂੰ ਵੀ 6:00 ਵੱਜੂਗੀ ਸੋ ਮੈਂ ਅੰਤ ਦੇ ਵਿੱਚ ਨਿਮਰਤਾ ਸਹਿਤ ਆ ਜਿੰਨੇ ਸਾਡੇ ਮੈਂਬਰ ਸਹਿਬਾਨ ਆ ਇਹ ਸਾਰੇ ਨਿਮਰਤਾ ਚ ਰਹਿਣ ਵਾਲੇ ਆ ਅਸੀਂ ਉੱਥੇ ਕੋਈ ਯਤਨ ਨਹੀਂ ਕੀਤਾ ਉਹਨਾਂ ਲੋਕਾਂ ਦਾ ਕਸਰ ਸੀਗੀ ਕੋਈ ਨਹੀਂ ਛੱਡੀ ਪਾਰੇ ਸਾਰੇ ਸਤਿਕਾਰ ਦੇ ਨਾਲ ਅਸੀਂ ਕਿਉਂਕਿ ਇਹਨਾਂ ਗੱਲਾਂ ਦੇ ਵਿੱਚ ਯਕੀਨ ਨਹੀਂ ਰੱਖਦੇ ਪਰ ਇੱਕ ਗੱਲ ਮੈਂ ਖਾਸ ਤਰ੍ਹਾਂ ਤੇ ਕਹਿਣੀ ਚਾਹਨਾ ਕਿ ਆ ਜਿੰਨੇ ਬੈਠੇ ਆ ਇੱਥੇ ਇਨਕਲੂਡਿੰਗ ਮਾਈ ਸੈਲਫ ਇਹ ਅਸੀਂ ਸੰਘਰਸ਼ਾਂ ਚੋਂ ਨਿਕਲ ਕੇ ਆਏ ਆ ਇਹ ਤਾਂ ਅਜ ਲਹੂ ਉਂਗਲ ਨੂੰ ਲਾਉਂਦੇ ਹੋਣਗੇ ਅਸੀਂ ਤਾਂ ਉਹਨਾਂ ਦਿਨਾਂ ਚੋਂ ਨਿਕਲ ਕੇ ਆਏ ਆ ਜਦੋਂ ਪਤਾ ਨਹੀਂ ਸੀ ਹੁੰਦਾ ਬਿਹਾਰ ਬਾਪਸ ਮੋੜਨਾ ਕਿ ਨਹੀਂ ਮੋੜਨਾ ਔਰ ਇਸ ਕਰਕੇ ਇਹਨਾਂ ਵੀ ਆਂਸਰਾਂ ਨੂੰ ਮੈਂ ਤਾੜਨਾ ਕਰਦਾ ਕਿ ਇਦਾਂ ਨਾ ਕੁਸਪੈਟ ਕਰੋ ਕਿਉਂਕਿ ਨਿਸ਼ਾਨਦੀਆਂ ਹੋ ਜਾਂਦੀਆਂ ਹੁੰਦੀਆਂ ਅਸੀਂ ਇਹਨਾਂ ਗੱਲਾਂ 'ਤੇ ਯਕੀਨ ਨਹੀਂ ਰੱਖਦੇ ਪਰ ਗੁਰੂ ਸਾਹਿਬ ਕਿਰਪਾ ਕਰਨ ਅੱਜ ਵੀ ਉਹਨਾਂ ਦਾ ਅਸੀਂ ਸਮਰਥਨ ਕਰਕੇ ਆਏ ਆਂ ਗਾਂ ਵੀ ਕਰਾਂਗੇ ਤੇ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨਾਲ ਕੌਮੀ ਮੁੱਦਿਆਂ ਦੇ ਉੱਤੇ ਕਦੇ ਵੀ ਵਾਪਸ ਨਹੀਂ ਹੋਣਗੇ ਔਰ ਅੱਜ ਆ ਚੇਚੇ ਤੌਰ ਤੇ ਜਿੰਨੀ ਟੀਮ ਬੈਠੀ ਸਾਡੀ ਇਹ 20 ਮੈਂਬਰ ਅੱਜ ਆਏ ਆ ਤੇ 20 ਮੈਂਬਰ ਇਹ ਖਾੜਕੂਆਂ ਛੱਬਾਂ ਜੋਂ ਆਇਓ ਆ ਜਿਨ੍ਹਾਂ ਨੇ ਪਿੰਡੇ ਤੇ 5-5 7 ਸਾਲ 7-7 ਸਾਲ ਕੈਦ ਕੱਟੀ ਹੋਆ ਤੇ ਜੇ ਚਾਹੁੰਦੇ ਵੀ ਇਹ ਇਹਨਾਂ ਦੇ ਵਿੱਚੋਂ ਤੇ ਉੱਥੇ ਅਸੀਂ ਜੇ ਚਾਹੁੰਦੇ ਤੇ ਉੱਥੇ ਆਪਾਂ ਇੰਨੀ ਪਤਾ ਦੇ ਵਿੱਚ ਆ ਨਾਲ ਮੇਰੇ ਸਿਕਿਉਰਟੀ ਵੀ ਸੀਗੀ ਤੇ ਅਸੀਂ ਪਰ ਚਾਹੁੰਦੇ ਨਹੀਂ ਕਿ ਸਿੱਖਾਂ ਦੀ ਸ਼ਕਤੀ ਸਿੱਖਾਂ ਦੀ ਵਿੱਚ ਆਪੋ ਵਿੱਚ ਹੀ ਉਹ ਝਗੜਾ ਹੋਵੇ ਪ੍ਰਵੋਕ ਹੋ ਕੇ ਇੱਕ ਦੂਜੇ ਨੂੰ ਆਪਾਂ ਕੋ ਪੱਗੋ ਲੱਥੇ ਕਰੀਏ ਸੋ ਸਰਕਾਰ ਇਹਦੇ ਵਿੱਚ ਸਿੱਧੇ ਤੌਰ ਤੇ ਜ਼ਿੰਮੇਵਾਰ ਆ ਜਿੰਨਾ ਵੀ ਤੁਸੀਂ ਹਾਲਾਤ ਦੇਖਦੇ ਜਿਹਲੇ ਵੀ ਕੋਈ ਕੌਮੀ ਮੁੱਦਾ ਆਉਂਦਾ ਏਜੰਸੀਆਂ ਤਾਂ ਸਰਕਾਰ ਜਿਹੜੀ ਆ ਉਹ ਸਾਰੀ ਸਰਗਰਮ ਹੋ ਜਾਂਦੀ ਆ ਸੋ ਅੰਤ ਦੇ ਵਿੱਚ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਕਰਦਾ ਤੁਸੀਂ ਇਹ ਸਾਰੇ ਸਾਮਾ ਕੱਢ ਕੇ ਇੱਥੇ ਪਾ ਦਿਓ